ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਜਸਮੀਤ ਪਾਟੀਆ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਔਰ ਅੱਜ ਆਪਾਂ ਗੱਲ ਕਰਾਂਗੇ ਅਪਕਮਿੰਗ ਇਨਟੇਕਸ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਕਿ ਕੈਨੇਡਾ ਸਟੂਡੈਂਟ ਵੀਜ਼ਾ ਦੇ ਇਨਟੇਕਸ ਅੱਜ ਕੱਲ੍ਹ ਰੋਲਿੰਗ ਹੋ ਗਏ ਹੈ ਬਹੁਤ ਸਾਰੀਆਂ ਆਪਸ਼ਨਸ ਅਕਤੂਬਰ ਨਵੰਬਰ ਐਂਡ ਜਨਵਰੀ ਇਨਟੇਕ ਸਟੂਡੈਂਟਸ ਕੋਲ ਹੈਗੀਆਂ ਔਰ ਸਟੂਡੈਂਟਸ ਜਿਹੜੇ ਅਪਕਮਿੰਗ ਇਨਟੇਕਸ ਚੂਜ਼ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਆਈਲੈਟਸ ਕੀਤੀ ਹੋਈ ਹੈ ਜਾਂ ਫਿਰ ਆਈਲੈਟਸ ਦਾ ਟੈਸਟ ਵੀ ਬੁੱਕ ਕੀਤਾ ਹੋਇਆ ਔਰ ਜਿਨ੍ਹਾਂ ਨੇ ਪਲੱਸ ਟੂ ਪਾਸ ਇਸ ਸਾਲ ਕੀਤੀ ਹੈ ਉਹਨਾਂ ਲਈ ਬਹੁਤ ਅੱਛੀਆਂ ਆਪਸ਼ਨਸ ਹੈਗੀਆਂ ਕੈਨੇਡਾ ਦੇ ਵਿੱਚ ਸੋ ਇਫ ਯੂ ਵਾਂਟ ਟੂ ਅਪਲਾਈ ਫੋਰ ਅਕਤੂਬਰ ਨਵੰਬਰ ਔਰ ਜਨਵਰੀ ਦੇਰ ਆਰ ਮੈਨੀ ਕਾਲਜਿਸ ਆਫਰਿੰਗ ਯੂ ਐਡਮਿਸ਼ਨ ਐਂਡ ਈਵਨ ਤੁਹਾਨੂੰ ਐਪਲੀਕੇਸ਼ਨ ਫੀਸ ਵੇਵਰ ਵੀ ਦੇ ਰਹੇ ਨੇ ਸੋ ਐਪਲੀਕੇਸ਼ਨ ਜਿਹੜੀ ਫੀਸ ਹੁੰਦੀ ਹੈ ਆਫਰ ਲੈਟਰ ਫੀਸ ਹੁੰਦੀ ਹੈ $100 ਤੋਂ ਲੈ ਕੇ $200 ਤੱਕ ਫੀਸ ਹੁੰਦੀ ਹੈ ਵੱਖ ਵੱਖ ਕਾਲਜਿਸ ਦੀ ਵੱਖ ਵੱਖ ਯੂਨੀਵਰਸਿਟੀਜ਼ ਦੀ ਸੋ ਕਾਫੀ ਸਾਰੀਆਂ ਯੂਨੀਵਰਸਿਟੀ ਸਕਾਲਰਸ਼ਿਪਸ ਵੀ ਤੁਹਾਨੂੰ ਦਿੰਦੀਆਂ ਜਿਵੇਂ ਕਿ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਨੇ $4,000 ਤੋਂ ਲੈ ਕੇ $10,000 ਦੀ ਸਕਾਲਰਸ਼ਿਪ ਦਿੱਤੀ ਸਟੂਡੈਂਟਸ ਨੂੰ ਮੈਨੂੰ ਲੱਗਦਾ ਸਟੂਡੈਂਟਸ ਵਾਸਤੇ ਇਸ ਤੋਂ ਵਧੀਆ ਓਪਰਚੁਨਿਟੀ ਨਹੀਂ ਹੋ ਸਕਦੀ ਐਡਮਿਸ਼ਨ ਵੀ ਮਿਲ ਰਹੀ ਹੈ ਐਪਲੀਕੇਸ਼ਨ ਫੀਸ ਵੇਵਰ ਵੀ ਮਿਲ ਰਿਹਾ ਔਰ ਸਕਾਲਰਸ਼ਿਪ ਵੀ ਮਿਲ ਰਹੀ ਹੈ ਔਰ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਐਸੋਸੀਏਟ ਡਿਗਰੀ 2 ਸਾਲ ਦੀਆਂ ਬਹੁਤ ਸਾਰੀਆਂ ਸਟਰੀਮਸ ਹੈਗੀਆਂ ਉਹਦੇ ਵਿੱਚ ਤੁਸੀਂ ਚੂਜ਼ ਕਰ ਸਕਦੇ ਹੋ ਬੈਚਲਰ ਡਿਗਰੀ ਐਂਡ MBA ਜਿਹੜਾ MBA ਪ੍ਰੋਗਰਾਮ ਹੈਗਾ ਉਹ ਪ੍ਰੋਗਰਾਮ ਕੋਈ ਵੀ ਗ੍ਰੈਜੂਏਟ MBA ਕਰਨ ਜਾ ਸਕਦਾ ਜੇ ਤੁਸੀਂ BBA ਹੋ BCOM ਹੋ ਦੈਨ ਤੁਹਾਨੂੰ ਫਾਊਂਡੇਸ਼ਨ ਕੋਰਸ ਨਹੀਂ ਲੱਗਦਾ MBA ਲਈ ਪਰ ਜੇ ਤੁਸੀਂ BTECH ਹੋ ਤਾਂ ਸਾਨੂੰ ਇੱਕ ਫਾਊਂਡੇਸ਼ਨ 3 ਮਹੀਨੇ ਦਾ ਕੋਰਸ ਕਰਨਾ ਪੈਂਦਾ ਰਿਕੁਆਇਰਮੈਂਟ ਇਜ 6.5 ਨੋ ਬੈਂਡ ਲੈਸ ਦੈਨ 6 ਬਟ ਐਲੀਜੀਬਿਲਿਟੀ ਕ੍ਰਾਈਟੀਰੀਆ 1 ਮੋਡਿਊਲ 'ਚ 5.5 ਬੈਂਡ ਨਾਲ ਵੀ ਤੁਸੀਂ MBA ਲਈ ਅਪਲਾਈ ਕਰ ਸਕਦੇ ਹੋ ਬਟ ਤੁਹਾਨੂੰ ਫਿਰ ESL ਵੀ ਕਰਨਾ ਪੈਂਦਾ ਸੋ ਸਟੂਡੈਂਟਸ ਆਈ ਫੀਲ ਡੂਇੰਗ ਐਨ MBA ਐਟ ਲਾਈਕ $35,000 ਇਜ਼ ਅ ਵੈਰੀ ਗੁੱਡ ਚੋਇਸ ਐਂਡ ਜੇ $35,000 ਤੋਂ ਤੁਹਾਨੂੰ ਸਕਾਲਰਸ਼ਿਪ ਮਿਲ ਜਾਏ $10,000 ਦੀ ਇਟ ਕਮਸ ਟੂ $25,000 ਸੋ ਇਫ ਯੂ ਆਰ ਅ BCOM ਐਂਡ ਅ BBA ਯੂ ਕੈਨ ਡੂ ਐਨ MBA ਐਟ $25,000 ਐਂਡ ਜੇ ਤੁਸੀਂ BTECH ਵੀ ਹੈਗੇ ਹੋ ਤਾਂ ਵੀ ਜੇ ਤੁਹਾਨੂੰ 3 ਮਹੀਨੇ ਦਾ ਫਾਊਂਡੇਸ਼ਨ ਕੋਰਸ ਲੱਗਦਾ ਫਿਰ ਵੀ ਮੈਨੂੰ ਲੱਗਦਾ ਕਿ ਬਹੁਤ ਹੀ ਅਫੋਰਡੇਬਲ MBA ਹੈਗੀ ਹੈ UCW ਦੀ ਫਿਰ ਅਸੀਂ ਗੱਲ ਕਰਦੇ ਹਾਂ ਐਕਸੈਂਡਾ ਸਕੂਲ ਆਫ ਮੈਨੇਜਮੈਂਟ ਵਿੱਚ ਇਜ਼ ਆਲਸੋ ਇਨ ਵੈਨਕੂਵਰ ਜਿਵੇਂ UCW ਵੀ ਵੈਨਕੂਵਰ 'ਚ ਹੈਗੀ ਹੈ ਔਰ ਐਕਸੈਂਡਾ ਸਕੂਲ ਆਫ ਮੈਨੇਜਮੈਂਟ ਵੀ ਵੈਨਕੂਵਰ 'ਚ ਹੈਗਾ ਸੋ ਇੱਥੇ ਵੀ ਬੈਚਲਰ ਡਿਗਰੀਜ਼ ਹੈਗੀਆਂ ਸਟੂਡੈਂਟਸ ਜਿਹੜੇ ਬੈਚਲਰ ਡਿਗਰੀ ਕਰਦੇ ਆ ਉਹਨਾਂ ਨੂੰ ਓਬਵੀਅਸਲੀ ਬੈਟਰ ਜੋਬ ਓਪਰਚੁਨਿਟੀਜ਼ ਮਿਲਦੀਆਂ ਸੋ ਜੇ ਤੁਸੀਂ 3 ਸਾਲ ਦੀ ਬੈਚਲਰ ਡਿਗਰੀ ਕਰਨਾ ਚਾਹੁੰਦੇ ਹੋ ਤਾਂ ਅਲਗੋਮਾ ਯੂਨੀਵਰਸਿਟੀ ਇਜ਼ ਆਲਸੋ ਵੈਰੀ ਗੁੱਡ ਆਪਸ਼ਨ ਫੋਰ ਜਨਵਰੀ ਐਂਡ ਅਲਗੋਮਾ ਯੂਨੀਵਰਸਿਟੀ ਦਾ ਜਿਹੜਾ ਕੈਂਪਸ ਹੈਗਾ ਉਹ ਸੂ ਸੇਂਟ ਮੇਰੀ ਓਨਟਾਰੀਓ ਐਂਡ ਬਰੈਂਪਟਨ ਓਨਟਾਰੀਓ 'ਚ ਹੈਗਾ ਦੇ ਆਰ ਆਫਰਿੰਗ ਲੋਟ ਆਫ ਬੈਚਲਰ ਡਿਗਰੀਜ਼ ਜਿਹੜੀਆਂ ਕਿ 3-3 ਸਾਲ ਦੇ ਪ੍ਰੋਗਰਾਮਸ ਦੀਆਂ ਬੈਚਲਰ ਡਿਗਰੀਜ਼ ਹੈਗੀਆਂ ਬੈਚਲਰਸ ਇਨ ਕੰਪਿਊਟਰ ਸਾਇੰਸ ਬੈਚਲਰਸ ਇਨ ਕੰਪਿਊਟਰ ਵਰਕ ਕਮਿਊਨਿਟੀ ਸਪੋਰਟ ਵਰਕਰ ਬੈਚਲਰਸ ਇਨ ਸੋਸ਼ਲ ਸਰਵਿਸ ਵਰਕਰ ਬੈਚਲਰਸ ਇਨ ਬਾਇਓਲੋਜੀ ਸੋ ਜੇ ਤੁਸੀਂ ਕਿਸੇ ਵੀ ਫੀਲਡ 'ਤੇ ਹੈਗੇ ਹੋ ਜੇ ਤੁਸੀਂ ਨੋਨ ਮੈਡੀਕਲ ਦੇ ਹੋ ਤਾਂ ਤੁਸੀਂ ਬੈਚਲਰ ਇਨ ਕੰਪਿਊਟਰ ਸਾਇੰਸ ਕਰ ਸਕਦੇ ਹੋ ਜੇ ਤੁਸੀਂ ਮੈਡੀਕਲ ਦੇ ਹੋ ਤਾਂ ਤੁਸੀਂ ਬੈਚਲਰਸ ਇਨ ਬਾਇਓਲੋਜੀ ਕਰ ਸਕਦੇ ਹੋ ਜੇ ਤੁਸੀਂ ਆਰਟਸ ਦੇ ਹੋ ਤਾਂ ਤੁਸੀਂ ਬੈਚਲਰਸ ਇਨ ਸੋਸ਼ਲ ਵਰਕ ਕਰ ਸਕਦੇ ਹੋ ਵਿਚ ਆਰ ਵੈਰੀ ਗੁੱਡ ਕੋਰਸਿਸ ਐਂਡ ਯੂ ਕੈਨ ਆਲਸੋ ਡੂ ਅ ਬੈਚਲਰਸ ਇਨ ਕਮਿਊਨਿਟੀ ਸਪੋਰਟ ਵਰਕਰ ਐਂਡ ਦੈਨ ਅਲਗੋਮਾ ਯੂਨੀਵਰਸਿਟੀ 'ਚ ਬਹੁਤ ਅੱਛੇ ਅੱਛੇ ਪੋਸਟ ਗ੍ਰੈਜੂਏਟ ਡਿਪਲੋਮਾਜ਼ ਹੈਗੇ ਆ ਵਿਚ ਆਰ ਐਟ 6 ਈਚ ਦਾ ਰਿਕੁਆਇਰਮੈਂਟ ਇਜ 6 ਈਚ ਐਂਡ 6 ਈਚ ਉੱਤੇ ਤੁਸੀਂ ਪੋਸਟ ਗ੍ਰੈਜੂਏਟ ਡਿਪਲੋਮਾਜ਼ ਕਰ ਸਕਦੇ ਹੋ 5-6 ਸਟ੍ਰੀਮਸ ਹੈਗੀਆਂ ਕੰਪਿਊਟਰ ਰਿਲੇਟਡ ਐਂਡ ਪ੍ਰੋਜੈਕਟ ਮੈਨੇਜਮੈਂਟ ਗਲੋਬਲ ਬਿਜ਼ਨਸ ਮੈਨੇਜਮੈਂਟ ਐਂਡ ਈਵਨ ਮੈਨੇਜ ਜਨਰਲ ਮੈਨੇਜਮੈਂਟ ਦੇ ਅੰਦਰ ਵੀ ਤੁਸੀਂ 6 ਈਚ ਦੇ ਨਾਲ ਬਹੁਤ ਸਾਰੇ ਪੋਸਟ ਗ੍ਰੈਜੂਏਟ ਡਿਪਲੋਮਾਜ਼ ਐਂਡ ਸਰਟੀਫਿਕੇਟਸ ਚੂਜ਼ ਕਰ ਸਕਦੇ ਹੋ ਅਲਗੋਮਾ ਯੂਨੀਵਰਸਿਟੀ 'ਚ ਵਿਚ ਇਜ਼ ਆਲਸੋ ਅ ਵੈਰੀ ਗੁੱਡ ਆਪਸ਼ਨ ਫੋਰ ਸਟੂਡੈਂਟਸ ਜਨਵਰੀ ਇਨਟੇਕ ਤੁਹਾਨੂੰ ਪਤਾ ਹੋਣਾ ਸੂ ਕਾਲਜ ਇਜ਼ ਆਲਮੋਸਟ ਕਲੋਜ਼ ਦੇ ਡੂ ਨੋਟ ਹੈਵ ਸੀਟਸ ਬਟ ਲੋਇਲਿਸਟ ਕਾਲਜ ਦਾ ਟੋਰੋਂਟੋ ਕੈਂਪਸ ਐਂਡ ਬੈਲਵਿਲ ਕੈਂਪਸ ਹੈਜ਼ ਐਂਪਲ ਸੀਟਸ ਸੋ ਲੋਇਲਿਸਟ ਕਾਲਜ ਇਜ਼ ਆਲਸੋ ਅ ਵੈਰੀ ਗੁੱਡ ਓਪਰਚੁਨਿਟੀ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਓਨਟਾਰੀਓ ਵਿੱਚ ਦੈਨ ਲੈਂਪਟਨ ਕਾਲਜ ਇਜ਼ ਆਲਸੋ ਲਿਮਿਟਿਡ ਸੀਟਸ ਇਨ ਜਨਵਰੀ ਐਂਡ ਦੈਨ ਦੇ ਹੈਵ ਸੀਟਸ ਇਨ ਮੇ ਇਨਟੇਕ ਸੋ ਲੈਂਪਟਨ ਕਾਲਜ ਦੀ ਐਪਲੀਕੇਸ਼ਨ ਫੀਸ 'ਤੇ ਵੀ ਵੇਵਰ ਹੈ ਲੋਇਲਿਸਟ ਕਾਲਜ ਦੀ ਟੋਰੋਂਟੋ ਕੈਂਪਸ ਦੀ ਐਪਲੀਕੇਸ਼ਨ ਫੀਸ 'ਤੇ ਵੀ ਵੇਵਰ ਹੈ ਨਾਇਗਰਾ ਕਾਲਜ ਦੀ ਐਪਲੀਕੇਸ਼ਨ ਫੀਸ 'ਤੇ ਵੀ ਵੇਵਰ ਚੱਲ ਰਿਹਾ ਅੱਜ ਦੀ ਡੇਟ 'ਚ ਤੁਸੀਂ ਅਪਲਾਈ ਕਰ ਸਕਦੇ ਹੋ ਰਾਈਟ ਨਾਓ ਦੇਰ ਇਜ਼ ਵੇਵਰ ਐਟ ਨਾਇਗਰਾ ਕਾਲਜ ਐਪਲੀਕੇਸ਼ਨ ਫੀਸ ਆਲਸੋ ਦੈਟ ਵਿਲ ਬੀ ਫੋਰ ਫਿਊ ਡੇਜ਼ ਫਿਰ ਅਸੀਂ ਗੱਲ ਕਰਦੇ ਹਾਂ ਜਿਵੇਂ ਕਿ ਸੈਨਿਕਾ ਕਾਲਜ 'ਚ ਬਹੁਤ ਸਾਰੇ ਪ੍ਰੋਗਰਾਮਸ ਓਪਨ ਹੈ ਸੈਨਿਕਾ ਕਾਲਜ ਓਨਟਾਰੀਓ 'ਚ ਸਕਾਰਬਰੋ 'ਚ ਵੀ ਜਿੱਦਾਂ ਜਿਹਦੇ ਕੈਂਪਸ ਹੈਗੇ ਆ ਹੋਰ ਵੀ 3 ਕੈਂਪਸ ਹੈਗੇ ਆ ਟੋਰੋਂਟੋ ਵਿੱਚ
ਤੁਸੀਂ ਸੈਨਿਕਾ ਕਾਲਜ ਅਪਲਾਈ ਕਰ ਸਕਦੇ ਹੋ। ਬਹੁਤ ਵਧੀਆ ਵਧੀਆ ਪ੍ਰੋਗਰਾਮਸ ਹੈਗੇ ਆ ਜਿਹਦੇ 'ਚ ਮੋਰ ਦੈਨ 150 ਆਪਸ਼ਨਸ ਹੈਗੀਆਂ ਸਟੂਡੈਂਟਸ ਲਈ, ਸਾਰੇ ਸਟਰੀਮ ਦੇ ਸਟੂਡੈਂਟਸ ਲਈ। ਮਕੈਨੀਕਲ ਇੰਜੀਨੀਅਰਿੰਗ ਕਰਨਾ ਚਾਹੁੰਦੇ ਹੋ, ਕੰਪਿਊਟਰ ਇੰਜੀਨੀਅਰਿੰਗ ਕਰਨਾ ਚਾਹੁੰਦੇ ਹੋ, ਮੋਟਿਵ ਪਾਵਰ ਟੈਕਨੀਸ਼ੀਅਨ ਕਰਨਾ ਚਾਹੁੰਦੇ ਹੋ, ਸੋ 150 ਪਲੱਸ ਆਪਸ਼ਨਸ ਹੈਗੀਆਂ ਸਟੂਡੈਂਟਸ ਵਾਸਤੇ ਜਿਹੜੇ ਕਿ ਟੋਰੋਂਟੋ ਵਿੱਚ ਸੈਨਿਕਾ ਕਾਲਜ 'ਚ ਪੜ੍ਹਨਾ ਚਾਹੁੰਦੇ ਆ। ਫਿਰ ਅਸੀਂ ਗੱਲ ਕਰਦੇ ਹਾਂ ਕੈਂਬਰੀਅਨ ਕਾਲਜ। ਕੈਂਬਰੀਅਨ ਕਾਲਜ ਅਗੇਨ ਹੈਜ਼ ਅ ਗੁੱਡ ਲੋਕੇਸ਼ਨ, ਵਨ ਇਜ਼ ਇਨ ਸਡਬਰੀ ਐਂਡ ਵਨ ਇਜ਼ ਇਨ ਬਰੈਂਪਟਨ ਐਂਡ ਟੋਰੋਂਟੋ, ਸੋ ਯੂ ਕੈਨ ਚੂਜ਼ ਕੈਂਬਰੀਅਨ ਕਾਲਜ ਆਲਸੋ ਵਿਚ ਹੈਜ਼ ਵੈਰੀ ਗੁੱਡ ਕੋਰਸਿਸ ਐਂਡ ਯੂ ਦ ਰਿਕੁਆਇਰਮੈਂਟ ਇਜ਼ ਆਲਸੋ ਓਵਰਆਲ 6 band 1 module 5.5 ਇਜ਼ ਐਕਸੈਪਟੇਬਲ ਇਨ ਕੈਂਬਰੀਅਨ ਕਾਲਜ। ਸੇਂਟ ਕਲੇਅਰ ਕਾਲਜ ਵੈਰੀ ਲਿਮਿਟਡ ਸੀਟਸ ਆਰ ਅਵੇਲੇਬਲ ਰਾਈਟ ਨਾਓ ਫੋਰ ਜਨਵਰੀ ਇਨਟੇਕ। ਇਫ ਯੂ ਆਰ ਵਿਲਿੰਗ ਟੂ ਅਪਲਾਈ ਟੂ ਸੇਂਟ ਕਲੇਅਰ ਕਾਲਜ ਦੈਨ ਯੂ ਸ਼ੁੱਡ ਹਰੀ ਅਪ, ਅਦਰਵਾਈਜ਼ ਯੂ ਵਿਲ ਮਿਸ ਜਨਵਰੀ ਇਨਟੇਕ ਫੋਰ ਸੇਂਟ ਕਲੇਅਰ ਕਾਲਜ ਵਿੰਡਸਰ। ਸੋ ਸੇਂਟ ਕਲੇਅਰ ਕਾਲਜ ਵਿੰਡਸਰ ਆਲਸੋ ਹੈਜ਼ ਵੈਰੀ ਵੈਰੀ ਗੁੱਡ ਆਪਸ਼ਨਸ। ਫਿਰ ਅਸੀਂ ਬੀ ਸੀ ਦੀ ਗੱਲ ਕਰਦੇ ਹਾਂ, ਕੁਆਂਟਮ ਪੋਲੀਟੈਕਨਿਕ ਯੂਨੀਵਰਸਿਟੀ ਜਿਹੜੀ ਸਰੀ 'ਚ ਹੈ, ਉਹਨਾਂ ਦੇ ਕੋਲ ਵੀ ਜਨਵਰੀ 'ਚ ਸੀਟਸ ਖਤਮ ਹੋ ਚੁੱਕੀਆਂ ਐਂਡ ਯੂ ਕੈਨ ਰਾਈਟ ਨਾਓ ਅਪਲਾਈ ਫੋਰ ਮੇ ਇਨਟੇਕ। ਵੈਨ ਨੌਰਥ ਆਈਲੈਂਡ ਕਾਲਜ ਇਜ਼ ਆਲਸੋ ਇਨ ਬ੍ਰਿਟਿਸ਼ ਕੋਲੰਬੀਆ ਵਿਚ ਹੈਜ਼ ਵੈਰੀ ਗੁੱਡ ਆਪਸ਼ਨਸ, ਯੂ ਕੈਨ ਅਪਲਾਈ ਇਨ ਨੌਰਥ ਆਈਲੈਂਡ ਕਾਲਜ ਆਲਸੋ, ਐਂਡ ਇਟ ਇਜ਼ ਰਿਕੁਆਇਰਮੈਂਟ ਇਜ਼ ਓਵਰਆਲ 6 band, ਈਵਨ ਅੰਡਰ ਗ੍ਰੈਜੂਏਟ 'ਚ 2 module 5.5 band ਇਜ਼ ਐਕਸੈਪਟੇਬਲ ਐਂਡ ਪੋਸਟ ਗ੍ਰੈਜੂਏਟ 'ਚ 1 module 5.5 band ਇਜ਼ ਐਕਸੈਪਟੇਬਲ। ਸੋ ਆਪਸ਼ਨ ਦੀ ਜਿਹੜੀ ਲਿਸਟ ਹੈਗੀ ਉਹ ਬਹੁਤ ਲੰਬੀ ਹੈ, ਦੇਰ ਆਰ ਮੋਰ ਦੈਨ 70 ਕਾਲਜਿਸ, ਸਮ ਕਾਲਜਿਸ ਆਰ ਜਿਨ੍ਹਾਂ ਦੀਆਂ ਸੀਟਾਂ ਜਨਵਰੀ 'ਚ ਖਤਮ ਹੋ ਚੁੱਕੀਆਂ, ਬਟ ਕੁਛ ਕਾਲਜਿਸ ਦੇ ਇੱਦਾਂ ਵੀ ਹੈਗੀਆਂ ਜਿਨ੍ਹਾਂ ਦੇ ਮੇ 'ਚ ਵੀ ਸੀਟਸ ਓਪਨ ਹੋ ਚੁੱਕੀਆਂ, ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਹੁਣ ਇਹ ਕਿ ਸਰ ਮੈਂ ਕਿਹੜਾ ਇਨਟੇਕ ਚੂਜ਼ ਕਰਾਂ, ਮੈਂ ਜਨਵਰੀ ਚੂਜ਼ ਕਰਾਂ, ਮੈਂ ਮੇ ਚੂਜ਼ ਕਰਾਂ? ਫਸਟ ਆਫ ਆਲ ਆਈ ਵਿਲ ਟੈਲ ਯੂ, ਇਫ ਯੂ ਆਰ ਲੁਕਿੰਗ ਫੋਰਵਰਡ ਟੂ ਡੂਇੰਗ ਯੋਰ ਸਟੱਡੀਜ਼ ਔਨਲਾਈਨ, ਦੈਨ ਜਨਵਰੀ ਹੈਜ਼ ਅ ਚਾਂਸ ਦੈਟ 70-80% ਸ਼ਾਇਦ ਔਨਲਾਈਨ ਹੋਏ ਜਨਵਰੀ ਇਨਟੇਕ। ਸੋ ਇਫ ਯੂ ਆਰ ਨੋਟ ਵਿਲਿੰਗ ਟੂ ਡੂ ਔਨਲਾਈਨ ਕਲਾਸਿਸ, ਦੈਨ ਅਪਲਾਈ ਫੋਰ ਮੇ ਇਨਟੇਕ। ਇਫ ਯੂ ਆਰ ਵਿਲਿੰਗ ਟੂ ਡੂ ਔਨਲਾਈਨ ਕਲਾਸਿਸ, ਵਾਂਟ ਟੂ ਸੇਵ ਸਮ ਮਨੀ ਐਂਡ ਯੂ ਵਾਂਟ ਟੂ ਗੈਟ ਯੋਰ ਵੀਜ਼ਾ ਅਰਲੀਅਰ, ਦੈਨ ਯੂ ਸ਼ੁੱਡ ਅਪਲਾਈ ਫੋਰ ਅਕਟੂਬਰ, ਨਵੰਬਰ ਐਂਡ ਜਨਵਰੀ ਇਨਟੇਕ। ਸੋ ਸਾਰੇ ਸਟੂਡੈਂਟਸ ਨੂੰ ਮੇਰੀ ਇਹੀ ਐਡਵਾਈਸ ਹੈ ਕਿ ਦੇਖੋ, ਆਉਣ ਵਾਲੇ ਇਨਟੇਕਸ ਔਨਲਾਈਨ ਹੋ ਵੀ ਸਕਦੇ ਆ ਔਰ ਨਹੀਂ ਵੀ ਹੋ ਸਕਦੇ, ਪਰ ਜੇ ਤੁਸੀਂ ਵਿਲਿੰਗ ਹੋ ਨਵੰਬਰ, ਅਕਟੂਬਰ, ਨਵੰਬਰ, ਜਨਵਰੀ 'ਚ ਔਨਲਾਈਨ ਕਲਾਸਿਸ ਲਾਉਣ ਲਈ, ਔਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵੀਜ਼ਾ ਸਕਸੈਸ ਰੇਟ ਬੈਟਰ ਚੱਲ ਰਿਹਾ ਹੈ, ਤਾਂ ਤੁਸੀਂ ਅਪਲਾਈ ਕਰੋ ਅਕਟੂਬਰ, ਨਵੰਬਰ ਐਂਡ ਜਨਵਰੀ ਇਨਟੇਕ ਲਈ। ਔਰ ਜੇ ਤੁਸੀਂ ਵਿਲਿੰਗ ਨਹੀਂ ਹੈਗੇ ਹੋ ਔਨਲਾਈਨ ਕਲਾਸਿਸ ਲਗਾਉਣ ਲਈ, ਦੈਨ ਯੂ ਸ਼ੁੱਡ ਅਪਲਾਈ ਫੋਰ ਮੇ ਇਨਟੇਕ। ਲੈਂਡਮਾਰਕ ਇਮੀਗ੍ਰੇਸ਼ਨ ਰਿਪ੍ਰਜੈਂਟਸ ਮੋਰ ਦੈਨ 70 ਇੰਸਟੀਟਿਊਟਸ ਇਨ ਕੈਨੇਡਾ, ਐਂਡ ਈਵਨ ਇਫ ਯੂ ਵਾਂਟ ਟੂ ਟੇਕ ਐਡਮਿਸ਼ਨਸ ਇਨ UK, ਜਰਮਨੀ, USA, ਆਸਟ੍ਰੇਲੀਆ, ਨਿਊਜ਼ੀਲੈਂਡ, ਵੀ ਵਿਲ ਗਾਈਡ ਯੂ, ਵੀ ਵਿਲ ਹੈਲਪ ਯੂ ਟੂ ਅਪਲਾਈ ਇਨ ਦ ਕਾਲਜਿਸ ਵੇਅਰ ਐਵਰ ਯੂ ਵਾਂਟ ਟੂ। ਸੋ ਐਜ਼ ਯੂ ਨੋ, ਵੀ ਹੈਵ 13 ਈਅਰਸ ਆਫ ਐਕਸਪੀਰੀਅੰਸ ਇਨ ਦਿਸ ਫੀਲਡ, ਐਂਡ ਦੇਰ ਆਰ ਮੋਰ ਦੈਨ 15,000 ਸਟੂਡੈਂਟਸ ਵੀ ਹੈਵ ਸਕਸੈਸਫੁਲੀ ਸੈਂਡ, ਮੋਰ ਦੈਨ 15,000, ਵੀ ਹੈਵ ਟੂ ਡੂ ਦ ਰੀਕੈਲਕੂਲੇਸ਼ਨ ਫੋਰ ਓਵਰਆਲ ਨੰਬਰਸ, ਐਂਡ ਵੈਰੀ ਸੈਟਿਸਫਾਈਡ ਕਲਾਇੰਟਸ, ਐਂਡ ਇਫ ਯੂ ਵਿਲ ਕਮ ਟੂ ਅਸ ਯੂ ਵਿਲ ਓਨਲੀ ਗੈਟ ਰਿਲਾਇਬਲ ਇਨਫੋਰਮੇਸ਼ਨ ਐਂਡ ਜੈਨੂਇਨ ਵੀਜ਼ਾ ਗਾਈਡੈਂਸ। ਇਫ ਯੂ ਨੀਡ ਐਨੀ ਮੋਰ ਅਸਿਸਟੈਂਸ, ਦੈਨ ਯੂ ਕੈਨ ਕੰਟੈਕਟ ਮੀ ਐਟ info@landmarkimmigration.com, ਔਰ ਯੂ ਕੈਨ ਕਾਲ ਮੀ ਐਟ 9041390412। ਥੈਂਕ ਯੂ।